ਸਧਾਰਨ ਵਾਕਰ ਨਾਲ ਤੁਰਨਾ ਸਰਜਰੀ ਤੋਂ ਇੱਕਦਮ ਬਾਅਦ ਤੁਸੀਂ ਸਧਾਰਨ ਵਾਕਰ ਜਾਂ ਦੋ ਪਹੀਆਂ ਵਾਲੇ ਵਾਕਰ ਦੀ ਵਰਤੋਂ ਕਰ ਸਕਦੇ ਹੋ ਸਧਾਰਨ ਵਾਕਰ ਵਿੱਚ ਚਾਰ ਸਥਿਰ ਲੱਤਾਂ ਹੁੰਦੀਆਂ ਹਨ ਅਤੇ ਇਹ ਸਭ ਤੋਂ ਜ਼ਿਆਦਾ ਸਹਾਰਾ ਦਿੰਦਾ ਹੈ ਫੋੜੀਆਂ ਵਾਂਗੂ ਵਾਕਰ ਦੀ ਉਚਾਈ ਨੂੰ ਤੁਹਾਡੇ ਸਰੀਰ ਮੁਤਾਬਕ ਘਟਾਉਣਾ ਜਾਂ ਵਧਾਉਣਾ ਪੈਂਦਾ ਹੈ ਜਦੋਂ ਤੁਸੀਂ ਸਿੱਧੇ ਖੜੇ ਹੋਵੋ ਅਤੇ ਤੁਹਾਡੀਆਂ ਬਾਹਾਂ ਤੁਹਾਡੀ ਸਾਈਡ ਤੇ ਹੋਣ ਤਾਂ ਵਾਕਰ ਦੇ ਹੈਂਡਲ ਤੁਹਾਡੇ ਗੁੱਟ ਦੀ ਕਰੀਜ਼ ਤੇ ਹੋਣੇ ਚਾਹੀਦੇ ਹਨ ਵਾਕਰ ਨੂੰ ਆਪਣੇ ਅੱਗੇ ਰੱਖੋ ਬਾਹਾਂ ਨਾਲ ਵੋਕਰ ਅੱਗੇ ਨੂੰ ਕਰੋ ਅਤੇ ਪਹਿਲਾਂ ਆਪਣੀ ਸਰਜਰੀ ਹੋਈ ਲੱਤ ਨੂੰ ਅੱਗੇ ਧਰੋ ਅਤੇ ਫਿਰ ਆਪਣੀ ਮਜ਼ਬੂਤ ਲੱਤ ਅੱਗੇ ਵਧਾਓ ਵੋਕਰ ਸਰਜਰੀ ਹੋਈ ਲੱਤ ਮਜ਼ਬੂਤ ਲੱਤ ਵੋਕਰ ਨੂੰ ਵਰਤਣ ਦਾ ਇਹ ਢੰਗ ਗਲਤ ਹੈ ਕਿਉਂਕਿ ਚਾਰੋਂ ਲੱਤਾਂ ਜ਼ਮੀਨ ਤੇ ਨਹੀਂ ਹਨ ਵੌਕਰ ਵਿੱਚ ਜਾਣ ਤੋਂ ਪਹਿਲਾਂ ਇਸ ਨੂੰ ਠੀਕ ਢੰਗ ਨਾਲ ਰੱਖਣ ਲਈ ਇਹ ਨਿਸ਼ਚਿਤ ਕਰੋ ਕਿ ਇਸ ਦੀਆਂ ਚਾਰੋਂ ਲੱਤਾਂ ਜ਼ਮੀਨ ਨੂੰ ਛੂੰਹਦੀਆਂ ਹੋਣ ਤੁਹਾਡੇ ਲਈ ਆਪਣਾ ਸੰਤੁਲਨ ਬਣਾਏ ਰੱਖਣ ਲਈ ਇਹ ਲਾਜ਼ਮੀ ਹੈ